ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ। ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਆ ਰਹੀ ਹੈ ਜਿੱਥੇ ਜਲੰਧਰ ਦੇ ਚੁਗਿੱਟੀ ਮੁਹੱਲੇ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਜੰਗਲੀ ਸਾਂਬਰ ਇੱਥੋਂ ਦੀਆਂ ਗਲੀਆਂ 'ਚ ਘੁੰਮਦਾ ਦਿਖਾਈ ਦਿੱਤਾ। ਲੋਕਾਂ ਨੇ ਇਸ ਨੂੰ ਦੇਖਦੇ ਹੋਏ ਇਸ ਦੀ ਸੂਚਨਾ ਜੰਗਲਾਤ ਵਿਭਾਗ ਅਤੇ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਜੰਗਲਾਤ ਵਿਭਾਗ ਵੱਲੋਂ ਕਾਫ਼ੀ ਮੁਸ਼ਕਤ ਤੋਂ ਬਾਅਦ ਸਾਂਬਰ ਨੂੰ ਕਾਬੂ ਕੀਤਾ ਗਿਆ। ਵਣ ਵਿਭਾਗ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਸਾਂਬਰ ਨੂੰ ਮੁੜ ਜੰਗਲ ਵਿੱਚ ਛੱਡ ਦਿੱਤਾ ਜਾਵੇਗਾ। ਸਾਂਬਰ ਦਾ ਇਸ ਇਲਾਕੇ ਵਿੱਚ ਆਉਣ ਦਾ ਕਾਰਨ ਸੀ ਜੰਗਲਾਂ ਦਾ ਕੱਟੇ ਜਾਣਾ। ਜੰਗਲ ਦੇ ਕੱਟੇ ਜਾਣ ਕਰਕੇ ਹੀ ਜੰਗਲੀ ਜਾਨਵਰ ਰਿਹਾਇਸ਼ੀ ਇਲਾਕਿਆਂ 'ਚ ਦਾਖਲ ਹੋ ਰਹੇ ਨੇ ਜੋ ਕਿ ਲੋਕਾਂ ਦੀ ਸੁਰੱਖਿਆ ਲਈ ਖਤਰਾ ਨੇ। ਸਰ ਇੰਡੀਆ ਨਾਲ ਹੀ ਹੈਗਾ ਪੰਪ ਅਤੇ ਪੰਜਾਬ ਵਾਲੇ ਆ ਉਹਨਾਂ ਦੇ ਅੰਦਰ ਫੈਕਟਰੀ ਦੇ ਅੰਦਰ ਵੜ ਗਿਆ ਸੀ। ਸਾਨੂੰ ਕੰਪਲੇਂਟ ਆਈ ਅਤੇ ਮੈਂ ਮੇਰੀ ਟੀਮ ਪਹੁੰਚੀ ਉੱਥੇ ਅਤੇ ਜਾ ਕੇ ਉਹਨੂੰ ਰੈਸਕਿਊ ਕੀਤਾ। ਹੁਣ ਉਹਨੂੰ ਹੁਸ਼ਿਆਰਪੁਰ ਛੱਡਣ ਜਾ ਰਹੇ ਹਾਂ। ਸਰ ਕੱਲ੍ਹ ਸ਼ਾਮ ਦੀ ਕੰਪਲੇਂਟ ਆਈ ਸੀਗੀ ਕਿ ਇੱਦਾਂ ਇੱਦਾਂ ਸੁੱਚੀ ਪਿੰਡ ਘੁੰਮ ਰਿਹਾ ਅਸੀਂ ਗਏ ਸੀਗੇ ਕਾਰਵਾਈ ਹੋਈ ਫੋਨ ਪਰ ਉਹ ਖੱਤਿਆਂ ਦੇ ਰਸਤੇ ਨਾਲ ਨਿਕਲ ਗਿਆ। ਫਿਰ ਅੱਜ ਸਵੇਰੇ ਫੋਨ ਆਇਆ ਜੀ ਉੱਥੇ ਫੈਕਟਰੀ ਦੇ ਅੰਦਰ ਹੈ ਤੁਸੀਂ ਪਹੁੰਚੋ ਫਟਾਫਟ। ਔਰ ਮੈਂ ਔਰ ਸਾਡੀ ਟੀਮ ਉੱਥੇ ਪਹੁੰਚੀ ਜਾ ਕੇ ਉਹਨੂੰ ਰੈਸਕਿਊ ਕੀਤਾ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼।